ਸਸ ਸਗਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਤੁਹਾਡੇ ਲਈ ਪੰਜਾਬ ਦੇ ਵਿੱਚ ਟੀਚਿੰਗ ਅਤੇ ਨੌਨ ਟੀਚਿੰਗ ਵੈਕੈਂਸੀਸ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਉਹਦੇ ਲਈ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਗਿਆ ਹੈ ਇਹ ਚ ਦੋ ਅਲੱਗ-ਅਲੱਗ ਨੋਟੀਫਿਕੇਸ਼ਨ ਨੇ ਜਿਹ ਚ ਟੀਚਿੰਗ ਦੀਆਂ ਵੈਕੈਂਸੀਸ ਵੀ ਨੇ ਤੇ ਪਲੱਸ ਨੌਨ ਟੀਚਿੰਗ ਦੀਆਂ ਵੀ ਨੇ ਜਿਸ ਦੇ ਵਿੱਚ 10ਵੀਂ 12ਵੀਂ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਹੁਣ ਤੁਸੀਂ ਕਹੋਗੇ ਇਹਦੇ ਵਿੱਚ ਟੀਚਿੰਗ ਦੀ 10ਵੀਂ ਜੀ ਕਿਹੜੀਆਂ ਵੈਕੈਂਸੀਸ ਹੋਣਗੀਆਂ ਤਾਂ ਮੈਂ ਟੀਚਿੰ 10ਵੀਂ 12ਵੀਂ ਜਿਹੜੀ ਗ੍ਰੈਜੂਏਸ਼ਨ ਹੈ ਉਹ ਅਪਲਾਈ ਕਰ ਸਕਦੇ ਹੋ ਸੋ ਉਹਦੇ ਰਿਲੇਟਡ ਮੈਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਜੀ ਅੱਜ ਇਸ ਵੀਡੀਓ ਚ ਦਵਾਂਗਾ ਸੋ ਤੁਸੀਂ ਵੀਡੀਓ ਤੇ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਰਸਟ ਟਾਈਮ ਚੈਨਲ ਤੇ ਆਇਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਲੇਟੈਸਟ ਰਿਕਰੂਟਮੈਂਟ ਅਪਡੇਟਸ ਦੇ ਲਈ ਜੁੜੇ ਰਹਿਣਾ ਸਾਡੇ ਨਾਲ ਹਰ ਇੱਕ ਅਪਡੇਟ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੁੰਦਾ ਹੈ ਤਾਂ ਜ਼ਰੂਰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਓ ਜੀ ਤੇ ਨਾਲੇ ਨੇ ਜੋਬ ریلیਟਡ ਜਿੰਨੇ ਵੀ ਹੁੰਦੇ ਨੇ ਤੁਹਾਨੂੰ ਉੱਥੋਂ ਮਿਲ ਜਾਂਦੇ ਨੇ ਤੇ ਤੁਸੀਂ ਉੱਥੋਂ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਚਲੋ ਚੱਲਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਵੈਕੈਂਸੀਸ ਆਊਟ ਕੀਤੀਆਂ ਗਈਆਂ ਨੇ ਜੀ ਠੀਕ ਹੈ ਜੀ ਇਸ ਨੋਟੀਫਿਕੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਦੇ ਚੱਲਣਾ ਉੱਥੇ ਜਾ ਕੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਣਾ ਹੈ ਜੀ ਮੈਂ ਸਭ ਤੋਂ ਪਹਿਲਾਂ ਤਾਂ ਇਹ ਪਹਿਲਾ ਨੋਟੀਫਿਕੇਸ਼ਨ ਹੈ ਜਿਸ ਦੇ ਵਿੱਚ ਜੀਬੀਟੀ ਠੀਕ ਹੈ ਜੀ ਇਹਦੀ ਵੈਕੈਂਸੀਜ਼ ਨੇ ਪ੍ਰਾਇਮਰੀ ਟੀਚਰ ਦੀਆਂ ਜਿਸ ਦੇ ਵਿੱਚ ਟੋਟਲ ਵੈਕੈਂਸੀਜ਼ ਦੀ ਗੱਲ ਕਰਾਂ ਤਾਂ 293 ਵੈਕੈਂਸੀਜ਼ ਨੇ ਇਸ ਦੇ ਵਿੱਚ ਉਹਨਾਂ ਨੇ ਇਹਨੂੰ ਕੈਟਾਗਰੀ ਵਾਈਜ਼ ਜਿਹੜਾ ਬਾਇਫਰਕੇਟ ਕੀਤਾ ਜਨਰਲ ਦੇ ਲਈ 149 OBC ਦੇ ਲਈ 55 SC ਦੇ ਲਈ 59 EWS ਦੇ 29 ਵੈਕੈਂਸੀਜ਼ ਜਿਹੜੀਆਂ ਨੇ ਉਹ ਇੱਥੇ ਰੱਖੀਆਂ ਗਈਆਂ ਨੇ ਔਰ ਇਸ ਦੇ ਲਈ 31 ਅਕਤੂਬਰ ਤੱਕ ਜਿਹੜਾ ਤੁਸੀਂ ਅਪਲਾਈ ਹੈ ਉਹ ਕਰ ਸਕਦੇ ਹੋ ਪੇ ਸਕੇਲ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਤੁਹਾਡੀ ਸੈਲਰੀ 9300 ਤੋਂ ਲੈ ਕੇ 34800 ਪਲੱਸ ਇੱਥੇ ਤੁਹਾਨੂੰ ਗ੍ਰੇਡ ਪੇ ਜਿਹੜਾ 4200 ਰੁਪਿਆ ਹੈ ਉਹ ਦਿੱਤਾ ਜਾਵੇਗਾ ਜੋ ਕਿ ਟਾਈਮ ਟੂ ਟਾਈਮ ਵਾਧਾ रहेਗਾ ਹੁਣ ਗੱਲ ਕਰਦੇ ਆ ਕੁਆਲੀਫਿਕੇਸ਼ਨ ਦੀ ਜਿਸ ਦੇ ਵਿੱਚ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਅਪਲਾਈ ਕਰ ਸਕਦੇ ਹੋ ਡਿਪਲੋਮਾ ਕੀਤਾ ਐਲੀਮੈਂਟਰੀ এডਿਕੇਸ਼ਨ ਦਾ ਡੀਐਲਡੀ ਦਾ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ 2 ਸਾਲ ਦੀ ਡਿਊਰੇਸ਼ਨ ਤੁਹਾਡੇ ਘਾਟੋ ਘਾਟ ਹੋਣੀ ਚਾਹੀਦੀ ਹੈ ਗ੍ਰੈਜੂਏਸ਼ਨ ਅਗਰ ਤੁਸੀਂ 50% ਮਾਰਕਸ ਨਾਲ ਕੀਤੀ ਹੈ ਔਰ ਬੈਚਲਰ ਬੀਐਡ ਕੀਤੀ ਹੋਈ ਹੈ ਤਾਂ ਅਪਲਾਈ ਕਰ ਸਕਦੇ ਹੋ ਔਰ ਸੀ ਟੈਟ ਜਿਹੜਾ ਤੁਸੀਂ ਪਾਸ ਆਊਟ ਹੋਣਾ ਚਾਹੀਦਾ ਤਾਂ ਹੀ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ ਜੀ ਇਸ ਦੇ ਵਿੱਚ ਤੁਹਾਡਾ ਰਿਟਨ ਟੈਸਟ ਹੋਏਗਾ ਮਲਟੀਪਲ ਚੋਇਸ ਕੁਐਸਚਨਸ ਹੋਣਗੇ 150 ਮਾਰਕਸ ਤੇ 150 ਕੁਐਸਚਨ ਜਿਹੜੇ ਨੇ ਉਹ ਹੋਣਗੇ ਪਰ ਕੁਐਸਚਨ ਇੱਕ ਵਾਕ ਦਾ ਹੋਏਗਾ 2 ਘੰਟੇ 30 ਮਿੰਟ ਦਾ ਟੋਟਲ ਟੈਸਟ ਜਿਹੜਾ ਜੀ ਉਹ ਰਹੇਗਾ ਇਸ ਦੇ ਵਿੱਚ ਜਨਰਲ ਅਵੇਅਰਨਸ ਰੀਜਨਿੰਗ ਅਬਿਲਿਟੀ ਅਰਥਮੈਟਿਕਲ ਅਲ ਨਮੈਰੀਕਲ ਅਬਿਲਿਟੀ ਟੀਚਿੰਗ ਅਬਿਟੀਟਿਊਡ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਟੀਚਿੰਗ ਇੰਗਲਿਸ਼ ਲੈਂਗੁਏਜ ਕੰਪਰੀਹੈਂਸ਼ਨ ਪੰਜਾਬੀ ਲੈਂਗੁਏਜ ਕੰਪਰੀਹੈਂਸ਼ਨ ਹਿੰਦੀ ਲੈਂਗੁਏਜ ਕੰਪਰੀਹੈਂਸ਼ਨ ਮੈਥਮੈਟਿਕ ਜਨਰਲ ਸਾਇੰਸ ਸੋਸ਼ਲ ਸਾਇੰਸ ਦੇ 15-15 ਕੁਐਸਚਨ ਜਿਹੜੇ ਨੇ ਉਹ ਤੁਹਾਡੇ ਅੱਜ ਚ ਰਹਿਣਗੇ ਸੀ 40% ਮਿਨੀਮਮ ਮਾਰਕਸ ਤੁਹਾਡੇ ਰਹਿਣਗੇ ਇਸ ਦੇ ਵਿੱਚ ਤੁਹਾਨੂੰ ਲੈਣੇ ਹੋਣਗੇ ਏਜ ਲਿਮਿਟ 21 ਤੋਂ 37 ਸਾਲ ਤੱਕ ਦੇ ਕੈਂਡੀਡੇਟ ਵਿਜੀਬਲ ਨੇ ਅਪਲਾਈ ਕਰ ਸਕਦੇ ਨੇ ਇਹ ਪਹਿਲਾ ਨੋਟੀਫਿਕੇਸ਼ਨ ਹੈ ਜਿਹੜਾ ਕਿ ਪਹਿਲਾਂ ਵੀ ਆਊਟ ਹੋਇਆ ਸੀ ਲੇਕ ਸੈਕੰਡ ਨੋਟੀਫਿਕੇਸ਼ਨ ਜਿਹੜਾ ਹੈ ਜੀ ਆਈਬੀ ਮਤਲਬ ਇੰਟੈਲੀਜੈਂਸ ਬਿਊਰੋ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਮੇਲ ਅਤੇ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ ਔਨਲਾਈਨ ਅਪਲਾਈ ਕਰਨਾ ਹੈ 18000 ਸਟਾਰਟਿੰਗ ਸੈਲਰੀ ਰਹੇਗੀ ਇਹਦੇ ਲਈ ਤੁਹਾਡੀ ਤੇ 13 ਨਵੰਬਰ ਲਾਸਟ ਡੇਟ ਜਿਹੜੀ ਹੈ ਜੀ ਇਸ ਦੀ ਰਹਿਣ ਵਾਲੀ ਹੈ ਉਸ ਤੋਂ ਬਾਅਦ ਨੈਕਸਟ ਗੱਲ ਕਰਾਂ ਤਾਂ ਇੱਥੇ ਐਮਟੀਐਸ ਦੀਆਂ ਵੈਕੈਂਸੀਸ ਨੇ ਸਿਕਿਉਰਿਟੀ ਅਸਿਸਟੈਂਟ ਮੋਟਰ ਟਰਾਂਸਪੋਰਟ ਦੀਆਂ 677 ਵੈਕੈਂਸੀਆਂ ਜਿਹੜੀਆਂ ਨੇ ਟੋਟਲ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਤੇ ਜਿਨ੍ਹਾਂ ਨੇ 10ਥ ਪਾਸ ਕੀਤੀ ਹੋਈ ਹੈ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਇ 500 ਰੁਪਏ ਐਪਲੀਕੇਸ਼ਨ ਫੀ ਜਨਰਲ OBC ਅਤੇ EWS ਨੂੰ ਪੇ ਕਰਨੀ ਹੋਏਗੀ ਐਸਸੀ ਐਸਟੀ PWDD ਨੂੰ 50 ਰੁਪਏ ਜੋ ਕਿ ਸਿਰਫਰ ਸਿਰਫ ਆਨਲਾਈਨ ਪੇ ਹੋਏਗੀ एग्जाम ਪੈਟਰਨ ਮੈਂ ਤੁਹਾਨੂੰ نیچے ਦੇ ਦਿੱਤਾ ਹੈ ਜੀ ਔਰ ਲਾਸਟ ਵਿੱਚ ਆ ਜਾਂਦਾ ਇੱਥੇ ਅਪਲਾਈ ਕਰਨ ਦਾ ਲਿੰਕ ਤੇ ਪੀਡੀਐਫ ਦਾ ਨੋਟੀਫਿਕੇਸ਼ਨ ਦਾ ਲਿੰਕ ਇਹ ਦੋਨੋਂ ਤੁਹਾਨੂੰ ਮਿਲ ਜਾਣਗੇ ਦੋਨੋਂ ਨੋਟੀਫਿਕੇਸ਼ਨਸ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮੈਂ ਦੇ ਦੇਵਾਂਗਾ ਤੁਸੀਂ ਚੈੱਕ ਕਰਕੇ ਅਪਲਾਈ ਕਰ ਪਾਉਂਗੇ ਫਿਰ ਵੀ ਕੋਈ ਡਾਊਟ ਹੁੰਦਾ ਹੈ ਤਾਂ meetacademy.xyz ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਕਮੈਂਟ ਬਾਕਸ ਚ ਕਮੈਂਟ ਕਰਕੇ ਜਰੂਰ ਦੱਸਿਓ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ